ਕਲਰ ਦੀ ਆ ਚੰਨ ਗੱਡੀ ਆ ਜਿਹੜੀ ਆਈ ਆ ਇਹ ਘੱਟੋ ਘੱਟ ਮਿਲਦਾ 140-145 ਦੇ ਸੀ ਇਹ ਚਾਰ ਮੁੰਡੇ ਇੱਕ ਕੁੜੀ ਹੈ ਇਹ ਕੋਈ ਮੈਡੀਕਲ ਨਹੀਂ ਕਰਾ ਰਹੇ ਕੁਛ ਨਹੀਂ ਕਰਾ ਰਹੇ ਉੱਤੋਂ ਕਹਿੰਦੇ ਸਾਨੂੰ ਸਾਡੀ ਡਿਊਟੀ ਨਾ ਸਮਝਾਓ ਠੀਕ ਹੈ ਪੁਲਿਸ ਵਾਲੇ ਕਹਿ ਰਹੇ ਸਾਰੇ ਦੀ ਦਾਰੂ ਪੀਤੀ ਹੈ ਜਾਂ ਕੋਈ ਮੈਨੂੰ ਨਹੀਂ ਪਤਾ ਕੋਈ ਹੋਰ ਨਸ਼ਾ ਕੀਤਾ ਠੀਕ ਹੈ ਰਹੀ ਗੱਲ ਉਹ ਪਹਿਲਾਂ ਇਹ ਗੱਡੀ ਵੱਜੀ ਚੰਨ ਵੈਗਨਰ 'ਚ ਉਹਦੇ ਨਾਲ ਥੋੜ੍ਹੀ ਸਪੀਡ ਘੱਟ ਹੋ ਕੇ ਸਾਡੀ ਗੱਡੀ 'ਚ ਵੱਜੀ ਸਾਡੀ ਗੱਡੀ ਨੁਕਸਾਨ ਦੇਖ ਲਓ ਕਿੰਨਾ ਹੋ ਗਿਆ ਤਾਂ ਨਹੀਂ ਸਾਡੀ ਗੱਡੀ ਉੱਤੇ ਚੜ੍ਹਨੀ ਸੀ ਛੱਤ ਸ਼ੀਸ਼ਾ ਸਾਰੇ ਟੁੱਟਦੇ ਆ ਮੇਰੀ ਕੁੜੀ ਦੇ ਹੁਣ ਚੁੱਪ ਹੋਇਆ ਘੱਟ ਹੋ ਗਿਆ ਇਹਨਾਂ ਨੂੰ ਰੋਈ ਜਾਂਦੇ ਨੂੰ ਇੱਕ ਮੇਰੀ 7 ਸਾਲ ਦੀ ਕੁੜੀ ਖੜੀ ਹੈ ਦਿਲ ਕੱਢਤੇ ਇਹਨਾਂ ਦੇ ਕੁੱਲ ਮਿਲਾ ਕੇ ਆਪਾਂ ਨਾ ਉਹਨਾਂ ਦੇ ਲੱਪੜ ਮਾਰਿਆ ਨਾ ਉਹਨਾਂ ਨੂੰ ਗੱਲ ਕੀਤੀ ਮੇਰੇ ਨਾਲ ਖੜੇ ਠੀਕ ਹੈ ਆਪਾਂ ਕੁਛ ਵੀ ਨਹੀਂ ਕਿਹਾ ਨਾ ਮੈਂ ਉਹਨਾਂ ਨੂੰ ਕਿਹਾ ਮੈਨੂੰ ਪੈਸੇ ਦਿਓ ਨਾ ਮੈਂ ਕਿਹਾ ਮੇਰੇ ਗੱਡੀ ਦਾ ਕੰਮ ਕਰਾ ਕੇ ਦਿਓ ਹੁਣ ਮੈਂ ਸਵੇਰੇ ਬਈ ਮੈਂ ਸਰ ਨੂੰ ਇਹ ਗੱਲ ਕਹੀ ਹੈ ਮੈਂ ਤੁਹਾਨੂੰ ਮਿਲਣਾ ਥਰਮਲ ਥਾਣੇ ਆ ਕੇ ਸਵੇਰੇ ਥਰਮਲ ਥਾਣੇ ਮੈਨੂੰ ਇਹਨਾਂ ਦਾ ਪਤਾ ਲੱਗਣ ਦੱਸ ਦਿਓ ਬੱਚੇ ਠੀਕ ਆ ਸਾਰਾ ਕੁਝ ਠੀਕ ਆ ਹੁਣ ਓਕੇ ਆ ਪਰ ਸਵੇਰੇ ਮੈਂ ਇਹ ਕਹਿੰਦੇ ਤੁਸੀਂ ਸਾਨੂੰ ਕਾਨੂੰਨ ਨਾ ਸਿਖਾਓ ਜਿਹੜਾ ਸਿਖਾਓ ਮੈਂ ਸਰ ਮੈਂ ਫਿਰ ਤੁਹਾਡੇ ਕੋਲ ਥਰਮਲ ਥਾਣੇ ਆਉ ਮੈਨੂੰ ਇਹ ਨਾ ਕਿਹਾ ਵੀ ਸਵੇਰੇ ਸਾਡੇ ਬੰਦੇ ਐਡਰੈਸ ਨਹੀਂ ਮਿਲ ਰਿਹਾ ਜਾਂ ਫੋਨ ਨਹੀਂ ਚੱਕ ਰਹੇ ਇਹ ਚੀਜ਼ ਪੁਲਿਸ ਮੌਕੇ ਉਹਨਾਂ ਦੀ ਪਤਾ ਨਹੀਂ ਕਿਹੜੀ ਗੱਲ ਦੀ ਫਿਰ ਮੈਂ ਕਿਹਨੇ ਮੈਡੀਕਲ ਕਰਾਓ ਕਿਹੜੀ ਕਰਾਉਂਦੇ ਮੈਡੀਕਲ ਬੰਦੇ ਕਿੱਥੇ ਐ ਇੱਥੇ ਗੱਡੀ ਬਣਾ ਲੈ ਨਾ ਮੰਨਣ ਨੂੰ ਖਰਚਾ ਦੋ ਕੋਈ ਖਰਚਾ ਨਹੀਂ ਮੰਗਿਆ ਕੋਈ ਉਹਨਾਂ ਤੋਂ ਕਹਿ ਨਹੀਂ ਵੀ ਹੁਣ ਲਾਉਣੀ ਹੈ ਕੰਮ ਤੇ ਮੈਂ ਕਿਹਾ ਵੀ ਸਵੇਰੇ ਸਾਨੂੰ ਬੰਦੇ ਨਾ ਭਾਜੇ ਅਸੀਂ ਸਾਡੇ ਥਰਮਲ ਥਾਣੇ ਤੁਹਾਡੇ ਕੋਲ ਆਉਣੇ ਆ ਸਵੇਰੇ ਇਹ ਸਾਨੂੰ ਇੱਕ ਕਾਲ ਆਈ ਸੀ ਜਿਹੜਾ ਭੱਟੀ ਰੋਡ ਵਾਲੀਆਂ ਲਾਈਟਾਂ ਉਹਦੇ ਐਕਸੀਡੈਂਟ ਆਇਆ ਅਸੀਂ ਤੁਰੰਤ ਹੀ ਜਿਹੜਾ ਮੌਕੇ ਤੇ ਪਹੁੰਚੇ ਆ ਤੇ ਚੈੱਕ ਕੀਤਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈਗਾ ਮੌਕੇ ਤੇ ਪਹੁੰਚੇ ਜੋ ਮੌਕੇ ਤੋਂ ਦੱਸਣ ਮੁਤਾਬਕ ਵੀ ਜੈਨ ਗੱਡੀ ਵਾਲਿਆਂ ਦੀ ਗਲਤੀ ਸੀਗੀ ਤੇ ਜੋ ਹੈਗਾ ਬਿਆਨ ਲੈ ਕੇ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਊਗੀ ਜਿਹੜੇ ਦੂਜੇ ਕਾਰ ਵਾਲੇ ਨੇ ਉਹਨਾਂ ਨੇ ਕਿਹਾ ਕਿ ਇਹਦੇ ਵਿੱਚ ਤਿੰਨ ਮੁੰਡੇ ਤੇ ਇੱਕ ਲੜਕੀ ਸੀਗੀ ਪਰ ਉਹਨਾਂ ਦੀ ਡਰਿੰਕ ਕੀਤੀ ਹੋਈ ਸੀਗੀ ਜਿਸ ਕਾਰਨ ਇੱਕ ਗੱਡੀ ਨੂੰ ਹੋਰ ਨੂੰ ਵੀ ਪਿੱਛੇ ਮਾਰ ਕੇ ਆਏ ਨੇ ਉਹ ਉਹਨਾਂ ਦਾ ਅਸੀਂ ਦੱਸ ਨਹੀਂ ਸਕਦੇ ਉਹ ਜਿਹੜਾ ਡਾਕਟਰ ਸਾਹਿਬ ਤੋਂ ਮੁਲਾਜੇ ਤੋਂ ਬਾਅਦ ਹੀ ਪਤਾ ਲੱਗੂਗਾ ਡਰਿੰਕ ਕੀਤੀ ਹੈ ਕਿ ਨਹੀਂ ਕੀਤੀ ਸੀ ਉਹ ਡਾਕਟਰ ਸਾਹਿਬ ਹੀ ਦੱਸ ਪਾਉਣਗੇ ਲੇਕਿਨ ਦੂਸਰੀ ਗੱਡੀ ਦੇ ਵਿੱਚ ਇੱਕ ਪਰਿਵਾਰ ਬੈਠਾ ਹੋਇਆ ਸੀਗਾ ਬੱਚਾ ਵੀ ਸੀਗਾ ਹਾਂਜੀ ਹਾਂਜੀ ਕੋਈ ਜਾਨੀ ਨੁਕਸਾਨ ਕਿਸੇ ਵੀ ਪਾਸੇ ਨਹੀਂ ਹੋਇਆ ਇੱਥੇ ਟੋਟਲ 3 ਗੱਡੀਆਂ ਦਾ ਐਕਸੀਡੈਂਟ ਹੋਇਆ ਪਰ ਮੇਨ ਗੱਲ ਹੈ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਮਾਲੀ ਨੁਕਸਾਨ ਹੈਗਾ ਹਾਂ ਮਾਲੀ ਨੁਕਸਾਨ ਹੈਗਾ ਤੇ ਉਹ ਬਿਆਨ ਲੈ ਕੇ ਜਿਹੜੀ ਬੰਦੀ ਹੈ ਕਾਰਵਾਈ ਕੀਤੀ ਜਾਊਗੀ ਠੀਕ ਹੈ ਜੀ ਡਰਿੰਕ ਕੀਤੀ ਹੋਈ ਹੈ ਤਾਂ ਸਖਤ ਕਾਰਵਾਈ ਹੋਊ ਹਾਂ ਸਖਤ ਕਾਰਵਾਈ ਜੋ ਉਹਦੇ ਮੁਤਾਬਕ ਕਾਨੂੰਨ ਅਨੁਸਾਰ ਐਜ਼ ਪਰ ਲਾਅ ਜਿਹੜੀ ਕੀਤੀ ਜਾਊਗੀ